ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜਰਨੈਲ ਨੰਗਲ, ਜਿਨ੍ਹਾਂ ਦੇ ਪਿਤਾ ਜਵਾਹਰ ਲਾਲ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ। ਉਹਨਾਂ ਦੇ ਅਕਾਲ ਚਲਾਨਾ ਘਰ ਜਾਣ ਤੋਂ ਬਾਅਦ ਵਿਧਾਨ ਸਭਾ ਦੇ ਡਿਪਟੀ ਸਪੀਕਰ ਕੁਲਤਾਰ ਸਿੰਘ ਸੰਧਮਾ ਅਤੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਪੰਜਾਬ ਵਿਧਾਨ ਸਭਾ ਅਤੇ ਸੂਬਾ ਪ੍ਰਧਾਨ ਐਸ ਸੀ ਵਿੰਗ ਆਮ ਆਦਮੀ ਪਾਰਟੀ ਅਤੇ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਜਰਨੈਲ ਨੰਗਲ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਗ੍ਰਹਿ ਪਿੰਡ ਨੰਗਲ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਜਿੱਥੇ ਸਵਰਗੀ ਜਵਾਹਰ ਲਾਲ ਦੇ ਅਕਾਲ ਚਲਾਨਾ ਘਰ ਜਾਣ ਅਤੇ ਜਰਨੈਲ ਨੰਗਲ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉੱਥੇ ਹੀ ਉਹਨਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪਰਮਾਤਮਾ ਪਰਿਵਾਰ ਨੂੰ ਬਲ ਬਖਸ਼ੇ ਅਤੇ ਸਵਰਗੀ ਜਵਾਹਰ ਲਾਲ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਵਾਸ ਦੇਵੇ। ਉਹਨਾਂ ਕਿਹਾ ਕਿ ਸਵਰਗੀ ਜਵਾਹਰ ਸਿੰਘ ਦੇ ਅਕਾਲ ਚਲਾਨਾ ਘਰ ਜਾਣ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ। ਅੱਜ ਮੇਰੇ ਵੱਡੇ ਭਰਾ ਜਰਨੈਲ ਸਿੰਘ ਜੀ ਜਿਹੜੇ ਮੇਰੇ ਨਾਲ ਐਸ ਸੀ ਵਿੰਗ ਦੇ ਵਿੱਚ ਪੂਰਾ ਜਨ ਸਿੰਘ ਦੇ ਕੰਮ ਕਰਦੇ ਨੇਗੇ, ਉਹਨਾਂ ਦੇ ਪਿਤਾ ਦਾ ਦੁਪੜਾ ਹੀ ਪਿਛੋੜੇ ਦਾ ਪਤਾ ਲੱਗਿਆ ਸੀਗਾ। ਸਤਿਕਾਰਯੋਗ ਜਵਾਹਰ ਲਾਲ ਜੀ, ਉਹਨਾਂ ਨੂੰ ਅੰਤਮ ਨਹੀਂ ਸੀ ਆ ਸਕੇ ਅਤੇ ਅੱਜ ਮੈਂ ਅਤੇ ਮਾਨਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਜੀ ਸੰਧਮਾ ਇਹਨਾਂ ਦੇ ਪਿਤਾ ਜੀ ਨੂੰ ਸਭ ਦਾ ਸਤਿਕਾਰ ਭੇਟ ਕਰ ਲਾਇਆ। ਬਾਬਾ ਭਾਈ ਨੂੰ ਉਹਨਾਂ ਨੂੰ ਜਿੱਥੇ ਵੀ ਰੱਖਿਆ ਦੀ ਦਿਆ ਦਾ ਮਿਹਰ ਦਾ ਕਿਰਪਾ ਦਾ ਪਾਤਰ ਬਣਾ ਕੇ ਰੱਖੇ, ਇਸੇ ਸਾਰੇ ਪਰਿਵਾਰ ਨੂੰ ਭਾਣਾ ਮੰਨਦਾ ਬਦਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਅਸੀਂ ਸਾਡੇ ਬੜੇ ਪਿਆਰੇ ਸਾਥੀ ਜਰਨੈਲ ਨੰਗਲ ਹੋਰਾਂ ਦੇ ਸਤਿਕਾਰਯੋਗ ਪਿਤਾ ਜੀ ਸ਼੍ਰੀ ਜਵਾਹਰ ਲਾਲ ਜੀ ਹੋਰਾਂ ਦੇ ਅਕਾਲ ਚਲਾਣੇ ਤੋਂ ਬਾਅਦ ਅਸੀਂ ਸਾਡੇ ਘਰ ਆਏ ਹਾਂ, ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਆਏ ਹਾਂ। ਸਾਡਾ ਇੱਕ ਪਰਿਵਾਰ ਆ ਇਹ, ਅਸੀਂ ਆਪਣੇ ਪਰਿਵਾਰ ਦੇ ਆਏ ਹਾਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਪਿਤਾ ਜੀ ਹੋਰਾਂ ਦੀ ਸ਼੍ਰੀ ਜਵਾਹਰ ਲਾਲ ਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।